ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੋ ਆਪ ਜੀ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਰਹੇ ਹੋ ਜੀ, ਇਹ ਪਵਿੱਤਰ ਅਸਥਾਨ ਹੈ ਜੀ ਦਰਬਾਰ ਸਾਹਿਬ ਅੰਮ੍ਰਿਤਸਰ। ਸੰਗਤ ਜੀ, ਆਪ ਜੀ ਜਿਸ ਤਰ੍ਹਾਂ ਜਾਣਦੇ ਹੋ ਜੀ, ਆਪਾਂ ਜੀ ਸਾਈਕਲ ਸਫ਼ਰ ਕਰ ਰਹੇ ਹਾਂ ਗੁਰੂ ਸਾਹਿਬਾਨਾਂ ਦੇ ਜਨਮ ਅਸਥਾਨਾਂ ਦਾ। ਅਤੇ ਸੰਗਤ ਜੀ, ਪਾਤਸ਼ਾਹੀ ਪਹਿਲੀ ਗੁਰੂ ਨਾਨਕ ਸਾਹਿਬ ਜੀ ਅਤੇ ਪਾਤਸ਼ਾਹੀ ਚੌਥੀ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਪਾਕਿਸਤਾਨ 'ਚ ਹੋਇਆ ਆ। ਇਹ ਕਰਕੇ ਉੱਥੇ ਜਾਣਾ ਆਪਣੇ ਹਾਲੇ ਕਰਮਾਂ 'ਚ ਹੈ ਨਹੀਂ ਸੀ, ਕਿਉਂਕਿ ਆਪਣੇ ਕੋਲ ਪਾਸਪੋਰਟ ਨਹੀਂ ਹੈਗਾ। ਜੇ ਕਿਤੇ ਆਪਣੇ ਕੋਲ ਪਾਸਪੋਰਟ ਹੁੰਦਾ ਤਾਂ ਸੰਗਤ ਜੀ ਆਪਾਂ ਸਫ਼ਰ ਹੀ ਪਾਕਿਸਤਾਨ ਤੋਂ ਸ਼ੁਰੂ ਕਰਨਾ ਸੀਗਾ, ਗੁਰੂ ਜੀ ਦੇ ਜਨਮ ਅਸਥਾਨ ਤੋਂ ਰਾਏ ਭੋਜ ਦੀ ਤਲਵੰਡੀ ਨਨਕਾਣਾ ਸਾਹਿਬ ਤੋਂ, ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਅਸਥਾਨ ਤੋਂ, ਪਰ ਆਪਣੇ ਕਰਮਾਂ 'ਚ ਨਹੀਂ ਸੀ, ਆਪਣੇ ਕੋਲ ਪਾਸਪੋਰਟ ਹੈ ਨਹੀਂ ਸੀ। ਹਾਂ, ਜਿਸ ਦਿਨ ਵੀ ਪਾਸਪੋਰਟ ਮਿਲਿਆ, ਪਹਿਲ ਦੇ ਆਧਾਰ 'ਤੇ ਪਹਿਲਾਂ ਇਹੀ ਹੋਊਗਾ ਵੀ ਆਪਾਂ ਪਹਿਲਾਂ ਗੁਰੂ ਘਰਾਂ ਦੇ ਦਰਸ਼ਨ ਕਰੀਏ। ਬਾਕੀ ਨਹੀਂ ਸੀਗਾ ਕਰਮਾਂ 'ਚ, ਇਸ ਕਰਕੇ ਮੈਂ ਕਿਹਾ ਚਲੋ ਜਿੱਦਾਂ ਆਪਾਂ ਲੈਨ ਵਾਈ ਚੱਲ ਰਹੇ ਹਾਂ ਗੁਰੂਆਂ ਦੇ ਦਰਸ਼ਨ, ਗੁਰੂ ਜਨਮ ਅਸਥਾਨਾਂ ਦੇ ਦਰਸ਼ਨ ਤਾਂ ਆਪ ਜੀ ਨੂੰ ਸੰਗਤ ਜੀ ਕਰਵਾ ਰਹੇ ਹਾਂ, ਅਤੇ ਇਸ ਲਈ ਮੈਂ ਕਿਹਾ ਚਲੋ ਹੁਣ ਦਰਬਾਰ ਸਾਹਿਬ ਦੀ ਵੀਡੀਓ ਬਣਾ ਕੇ ਨਾਲੇ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਅਤੇ ਨਾਲੇ ਥੋੜ੍ਹੀ ਜਿਹਾ ਗੁਰੂ ਜੀ ਬਾਰੇ ਸਾਂਝ ਪਾਉਂਦੇ ਹਾਂ ਆਪ ਜੀ ਦੇ ਨਾਲ ਸੰਗਤ ਜੀ। ਇਸ ਕਰਕੇ ਸੰਗਤ ਜੀ ਮੈਂ ਕਿਹਾ ਇੱਦਾਂ ਸਹੀ ਰਹੂਗਾ, ਬਾਕੀ ਤੁਸੀਂ ਦੱਸ ਦਿਓ ਜੀ। ਠੀਕ ਹੈ ਜੀ। ਓਹੋ ਹੋ ਜੀ, ਦੇਖੋ ਜੀ, ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਜੀ ਦੇ। ਇਹ ਆ ਜੀ ਨਿਸ਼ਾਨ ਸਾਹਿਬ ਮੀਰੀ ਅਤੇ ਪੀਰੀ ਦੇ। ਸਤਨਾਮ ਸ਼੍ਰੀ ਵਾਹਿਗੁਰੂ ਜੀ, ਵਾਹਿਗੁਰੂ ਜੀ ਚੜ੍ਹਦੀ ਕਲਾ ਵਾਖਣੀ ਸਾਹਿਬ ਨੂੰ। ਸੰਗਤ ਜੀ, ਆ ਦਰਸ਼ਨ ਕਰ ਰਹੇ ਹੋ ਜੀ ਤੁਸੀਂ ਅਕਾਲ ਤਖਤ ਸਾਹਿਬ ਅੰਮ੍ਰਿਤਸਰ। ਆਇਓ ਸੰਗਤ ਜੀ, ਥੋੜ੍ਹੀ ਜੀ ਜਾਣਕਾਰੀ ਸਾਂਝੀ ਕਰਦੇ ਹਾਂ ਤੁਹਾਡੇ ਨਾਲ ਜੀ। ਸੰਗਤ ਜੀ, ਧੰਨ ਧੰਨ ਗੁਰੂ ਰਾਮਦਾਸ ਜੀ ਦਾ ਜਨਮ ਭਾਈ ਹਰੀਦਾਸ ਜੀ ਦੇ ਘਰ ਮਾਤਾ ਦਇਆ ਜੀ ਦੀ ਕੁੱਖੋਂ ਹੋਇਆ ਜੀ, 9 ਅਕਤੂਬਰ 1534 ਵਿੱਚ, ਚੁੰਨੀ ਮੰਡੀ ਲਾਹੌਰ ਪਾਕਿਸਤਾਨ ਦੇ ਵਿੱਚ। ਸੰਗਤ ਜੀ, ਸੰਗਤ ਜੀ ਗੁਰੂ ਜੀ ਦੀ ਜਦੋਂ 7 ਸਾਲ ਦੀ ਉਮਰ ਸੀ ਜੀ, ਤਾਂ ਇਹਨਾਂ ਦੇ ਮਾਤਾ ਪਿਤਾ ਜੀ ਅਕਾਲ ਚਲਾਣਾ ਕਰ ਗਏ ਸੀਗੇ ਸੰਗਤ ਜੀ, ਅਤੇ ਇਹਨਾਂ ਦੇ ਛੋਟੇ ਭੈਣ ਭਰਾਵਾਂ ਦੀ ਜ਼ਿੰਮੇਵਾਰੀ ਵੀ ਇਹਨਾਂ ਸਾਰੇ ਪੈ ਗਈ ਸੀਗੀ ਬਾਲ ਉਮਰ 'ਚ ਹੀ। ਅਤੇ ਫਿਰ ਸੰਗਤ ਜੀ ਇਹਨਾਂ ਨੇ ਮਿਹਨਤ ਬਹੁਤ ਕੀਤੀ, ਗੁਰੂ ਜੀ ਨੇ ਇਹਨਾਂ ਨੇ ਘਰੋਂ ਉਬਲੇ ਹੋਏ ਛੋਲੇ ਲੈ ਜਾਣੇ ਅਤੇ ਉਹ ਵੇਚ ਕੇ ਜੋ ਪੈਸੇ ਲੈ ਕੇ ਆਉਣੇ ਉਹਦੇ ਨਾਲ ਆਪਣਾ ਘਰ ਪਰਿਵਾਰ ਦਾ ਖਰਚਾ ਚਲਾਉਣਾ। ਅਤੇ ਇਹਨਾਂ ਨੂੰ ਬੱਚੇ ਛੋਟੇ ਸੀਗੇ ਭੈਣ ਭਰਾ ਵੀ, ਤਾਂ ਸਭ ਕੁਝ ਦੇਖਦੇ ਹੋਏ ਇਹਨਾਂ ਦੀ ਨਾਨੀ ਜੀ ਇਹਨਾਂ ਨੂੰ ਗੁਰੂ ਜੀ ਨੂੰ ਪਿੰਡ ਬਾਸਰ ਕੇ ਲੈ ਆਈ ਜੀ। ਪਿੰਡ ਬਾਸਰ ਕੇ ਗੁਰੂ ਜੀ ਦੇ ਨਾਨਕੇ ਸੀਗੇ ਜੀ, ਧੰਨ ਧੰਨ ਗੁਰੂ ਰਾਮਦਾਸ ਜੀ ਦੇ। ਅਤੇ ਬਚਪਨ ਦਾ ਨਾਂ ਸੀ ਇਹਨਾਂ ਦਾ ਜੀ, ਜਿੱਦਾਂ ਆਪ ਜੀ ਸਭ ਜਾਣਦੇ ਹੀ, ਉਹ ਭਾਈ ਜੇਠਾ ਜੀ, ਜੇਠਾ ਭਾਈ ਜੇਠਾ ਜੀ ਨਾਂ ਇਸ ਕਰਕੇ ਸੀ ਜੀ ਸੰਗਤ ਜੀ, ਕਿਉਂਕਿ ਘਰ ਦੇ ਵਿੱਚ ਵੱਡੇ ਸੀਗੇ ਬਾਕੀ ਭੈਣ ਭਰਾਵਾਂ ਤੋਂ। ਸੰਗਤ ਜੀ ਜਦੋਂ ਇਹਨਾਂ ਦੇ ਨਾਨੀ ਜੀ ਇਹਨਾਂ ਨੂੰ ਬਾਸਰ ਕੇ ਪਿੰਡ ਲੈ ਆਏ, ਤਾਂ ਇਹਨਾਂ ਦੀ ਪਹਿਲੀ ਮੁਲਾਕਾਤ ਵੀ ਧੰਨ ਧੰਨ ਗੁਰੂ ਅਮਰਦਾਸ ਜੀ ਦੇ ਨਾਲ ਪਿੰਡ ਬਾਸਰ ਕੇ ਹੋਈ ਸੀ। ਜਦੋਂ ਗੁਰੂ ਅਮਰਦਾਸ ਜੀ ਇਹਨਾਂ ਦੇ ਨਾਨੀ ਜੀ ਦੇ ਘਰ ਇਹਨਾਂ ਦੇ ਮਾਤਾ ਪਿਤਾ ਦਾ ਅਕਾਲ ਚਲਾਣਾ ਜਦੋਂ ਕਰ ਗਏ, ਉਹਨਾਂ ਦੇ ਲਈ ਜਿੱਦਾਂ ਆਪਾਂ ਕਹਿ ਦਈਏ ਅਫਸੋਸ ਕਰਨ ਲਈ ਆਏ ਸੀਗੇ,
ਅਤੇ ਉਦੋਂ ਇਹਨਾਂ ਦੀ ਮੁਲਾਕਾਤ ਹੋਈ ਸੀਗੀ ਗੁਰੂ ਅਮਰਦਾਸ ਜੀ ਦੇ ਨਾਲ, ਭਾਈ ਜੇਠਾ ਜੀ ਦੀ। ਅਤੇ ਭਾਈ ਜੇਠਾ ਜੀ ਬਾਸਰ ਕੇ ਰਹਿ ਕੇ ਵੀ ਉਸੇ ਤਰ੍ਹਾਂ ਮਿਹਨਤ ਕਰਦੇ ਸੀ ਜੀ, ਘਰੋਂ ਉਬਲੇ ਹੋਏ ਛੋਲੇ ਲੈ ਜਾਣੇ ਅਤੇ ਵੇਚਣੇ। ਅਤੇ ਰਾਸਤੇ ਦੇ ਵਿੱਚ ਕਈ ਵਾਰ ਅਨੇਕਾਂ ਵਾਰ ਇਹਨਾਂ ਦੀ ਗੁਰੂ ਜੀ ਨਾਲ ਮੁਲਾਕਾਤ ਹੁੰਦੀ ਰਹਿੰਦੀ ਸੀਗੀ। ਅਤੇ ਗੁਰੂ ਅਮਰਦਾਸ ਜੀ ਇਹਨਾਂ ਦੀ ਮਿਹਨਤ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਸੀਗੇ। ਅਤੇ ਜਦੋਂ ਜੀ ਸੰਗਤ ਜੀ ਫਿਰ ਨਾ ਗੁਰੂ ਅਮਰਦਾਸ ਜੀ ਨੇ 1546 ਈਸਵੀ ਦੇ ਵਿੱਚ ਆਪਣੇ ਗੋਇੰਦਵਾਲ ਸਾਹਿਬ ਦੀ ਸਥਾਪਨਾ ਕੀਤੀ, ਤਾਂ ਉਸ ਟਾਈਮ ਗੁਰੂ ਅਮਰਦਾਸ ਜੀ ਨੇ ਇਹਨਾਂ ਦੀ ਨਾਨੀ ਜੀ ਨੂੰ ਅਤੇ ਭਾਈ ਜੇਠਾ ਜੀ ਨੂੰ ਆਪਣੇ ਨਾਲ ਚੱਲਣ ਲਈ ਕਿਹਾ ਗੋਇੰਦਵਾਲ ਸਾਹਿਬ। ਤਾਂ ਗੁਰੂ ਜੀ ਅਤੇ ਉਹਨਾਂ ਦੀ ਆਪਣੇ ਗੁਰੂ ਜੀ ਭਾਈ ਜੇਠਾ ਜੀ ਅਤੇ ਭਾਈ ਜੇਠਾ ਜੀ ਦੀ ਨਾਨੀ ਜੀ ਗੋਇੰਦਵਾਲ ਸਾਹਿਬ ਆ ਗਏ ਸੀਗੇ ਜੀ, ਪਰਿਵਾਰ ਸਮੇਤ ਧੰਨ ਧੰਨ ਗੁਰੂ ਅਮਰਦਾਸ ਜੀ ਵੀ। ਅਤੇ ਇੱਥੇ ਹੀ ਗੋਇੰਦਵਾਲ ਸਾਹਿਬ ਜੀ ਅਤੇ ਉਹਨਾਂ ਨੇ ਗੁਰੂ ਅਮਰਦਾਸ ਜੀ ਦੀ ਜੋ ਪਤਨੀ ਸਨ ਸੰਗਤ ਜੀ ਬੀਬੀ ਮਾਨਸਾ ਦੇਵੀ ਜੀ, ਤਾਂ ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਕਿਹਾ ਕਿ ਬਈ ਬੀਬੀ ਭਾਨੀ ਜੀ ਵਿਆਹ ਦੇ ਯੋਗ ਹੋ ਗਏ ਹਨ, ਇਸ ਲਈ ਉਹਨਾਂ ਦਾ ਵਿਆਹ ਕੀਤਾ ਜਾਵੇ। ਤਾਂ ਗੁਰੂ ਅਮਰਦਾਸ ਜੀ ਨੇ ਬੀਬੀ ਮਾਨਸਾ ਦੇਵੀ ਜੀ ਨੂੰ ਪੁੱਛਿਆ ਕਿ ਕਿਹੋ ਜਿਹਾ ਵਰ ਚਾਹੁੰਦੇ ਹੋ ਤੁਸੀਂ, ਤਾਂ ਬੀਬੀ ਮਾਨਸਾ ਦੇਵੀ ਜੀ ਨੇ ਕਿਹਾ ਕਿ ਬਈ ਭਾਈ ਜੇਠਾ ਜੀ ਅਰਗਾ। ਤਾਂ ਧੰਨ ਧੰਨ ਗੁਰੂ ਅਮਰਦਾਸ ਜੀ ਨੇ ਕਿਹਾ ਜੀ ਭਾਈ ਜੇਠਾ ਜੀ ਅਰਗੇ ਤਾਂ ਭਾਈ ਜੇਠਾ ਜੀ ਹੀ ਹਨ, ਭਾਈ ਜੇਠਾ ਜੀ ਅਰਗਾ ਹੋਰ ਕੋਈ ਨਹੀਂ ਹੋ ਸਕਦਾ। ਤਾਂ ਸੰਗਤ ਜੀ ਇਤਿਹਾਸ ਦੱਸਦਾ ਹੈ ਕਿ ਥੋੜ੍ਹੇ ਦਿਨਾਂ ਵਿੱਚ ਹੀ ਭਾਈ ਜੇਠਾ ਜੀ ਅਤੇ ਬੀਬੀ ਭਾਨੀ ਜੀ ਦਾ ਵਿਆਹ ਕਰ ਦਿੱਤਾ ਗਿਆ। ਅਤੇ ਸੰਗਤ ਜੀ ਇਸੇ ਤਰ੍ਹਾਂ ਉਹਨਾਂ ਦੇ ਜਿੱਦਾਂ ਬੇਸ਼ੱਕ ਗੁਰੂ ਜੀ ਜਵਾਈ ਬਣ ਗਏ ਸਨ ਗੁਰੂ ਅਮਰਦਾਸ ਜੀ ਦੇ, ਪਰ ਉਹਨਾਂ ਨੇ ਆਪਣੀ ਜਿਹੜੀ ਸੇਵਾ ਭਾਵਨਾ ਸੀ ਗੁਰੂ ਪ੍ਰਤੀ, ਅਤੇ ਜਦੋਂ ਸਾਰੀ ਹੋ ਰਹੀ ਸੀਗੀ ਆਪਣੇ ਸ਼ਹਿਰ ਆਪਣੇ ਗੋਇੰਦਵਾਲ ਸਾਹਿਬ ਦੀ, ਉੱਥੇ ਜੀ ਸੇਵਾ ਉਸੇ ਤਰ੍ਹਾਂ ਹੀ ਕਰਦੇ ਰਹੇ ਉਹ, ਕਿਉਂਕਿ ਬੀਬੀ ਭਾਨੀ ਜੀ ਅਤੇ ਭਾਈ ਜੇਠਾ ਜੀ ਵਿਆਹ ਤੋਂ ਬਾਅਦ ਵੀ ਗੋਇੰਦਵਾਲ ਸਾਹਿਬ ਹੀ ਰਹੇ ਆ ਕੁਝ ਸਮਾਂ ਜੀ, ਧੰਨ ਧੰਨ ਗੁਰੂ ਅਮਰਦਾਸ ਜੀ ਉਹਨਾਂ ਦੇ ਕੋਲ। ਅਤੇ ਇਸੇ ਤਰ੍ਹਾਂ ਜੀ ਉਹਨਾਂ ਨੇ ਆਪਣੀ ਸੇਵਾ ਨਹੀਂ ਛੱਡੀ, ਉੱਥੋਂ ਸੇਵਾ ਪੂਰੀ ਕਰਦੇ ਰਹੇ ਆ ਉਹ, ਅਤੇ ਸੇਵਾ ਤੋਂ ਗੁਰੂ ਅਮਰਦਾਸ ਜੀ ਉਹਨਾਂ ਦੀ ਤੋਂ ਬਹੁਤ ਪ੍ਰਸੰਨ ਵੀ ਸਨ, ਖੁਸ਼ ਵੀ ਸਨ। ਅਤੇ ਇਸੇ ਤਰ੍ਹਾਂ ਸੰਗਤ ਜੀ ਧੰਨ ਧੰਨ ਗੁਰੂ ਅਮਰਦਾਸ ਜੀ ਦੇ ਇੱਕ ਜਵਾਈ ਹੋਰ ਸੀਗੇ ਜੀ, ਜਿਨ੍ਹਾਂ ਦਾ ਨਾਂ ਸੀ ਭਾਈ ਰਾਮਾ ਜੀ। ਉਹਨਾਂ ਦਾ ਵਿਆਹ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਵੱਡੀ ਪੁੱਤਰੀ ਬੀਬੀ ਦਾਨੀ ਜੀ ਨਾਲ ਹੋਇਆ ਸੀਗਾ। ਅਤੇ ਕੁਝ ਸੰਗਤਾਂ ਭਾਈ ਰਾਮਾ ਜੀ ਨੂੰ ਹੀ ਉੱਤਰਾ ਅਧਿਕਾਰੀ ਸਮਝਦੀਆਂ ਸਨ, ਅਤੇ ਸੰਗਤਾਂ ਦੀਆਂ ਜਿੱਦਾਂ ਸ਼ੰਕਾ ਦੂਰ ਕਰਨ ਲਈ ਧੰਨ ਧੰਨ ਗੁਰੂ ਅਮਰਦਾਸ ਜੀ ਨੇ ਭਾਈ ਰਾਮਾ ਜੀ ਨੂੰ ਅਤੇ ਭਾਈ ਜੇਠਾ ਜੀ ਨੂੰ ਬੁਲਾ ਕੇ ਇੱਕ ਚਬੂਤਰਾ ਬਣਾਉਣ ਲਈ ਕਿਹਾ। ਚਬੂਤਰਾ ਗੁਰੂ ਜੀ ਨੇ ਸੰਗਤ ਕਰਨ ਲਈ ਬਣਵਾਇਆ ਸੀਗਾ ਸੰਗਤ ਜੀ। ਅਤੇ ਸੰਗਤ ਜੀ ਭਾਈ ਜੇਠਾ ਜੀ ਅਤੇ ਭਾਈ ਰਾਮਾ ਜੀ ਚਬੂਤਰਾ ਬਣਾਉਣ ਲੱਗੇ, ਤਾਂ ਥੋੜ੍ਹੇ ਦਿਨ ਲੰਘ ਗਏ ਬਣਾਉਂਦੇ ਰਹੇ, ਅਤੇ ਗੁਰੂ ਜੀ ਰੋਜ਼ ਜਾਂਦੇ ਸਨ ਚਬੂਤਰਾ ਦੇਖਦੇ ਸਨ, ਤਾਂ ਉਹ ਕਹਿੰਦੇ ਸੀ ਵੀ ਇੱਥੋਂ ਸਹੀ ਨਹੀਂ ਹੈਗਾ,
ਵੀ ਇੱਥੋਂ ਸਾਨੂੰ ਪਸੰਦ ਨਹੀਂ ਆਇਆ ਤਾਂ ਕਹਿ ਕੇ ਉਹ ਚਬੂਤਰਾ ਢਾਉਣ ਲਈ ਕਹਿ ਦਿੰਦੇ ਸਨ। ਕੁਛ ਦਿਨ ਇਸੇ ਤਰ੍ਹਾਂ ਚੱਲਦਾ ਰਿਹਾ ਜੀ। ਗੁਰੂ ਜੀ ਸ਼ਾਮ ਨੂੰ ਆਉਂਦੇ ਦੇਖਦੇ ਅਤੇ ਗੁਰੂ ਜੀ ਕੋਈ ਕਮੀ ਕੱਢਦੇ ਤਾਂ ਚਬੂਤਰਾ ਢਵਾ ਦਿੰਦੇ। ਜਦੋਂ ਸੰਗਤ ਜੀ ਇੱਦਾਂ ਜੀ 8-10 ਦਿਨ ਲੰਘਦੇ ਗਏ ਤਾਂ ਗੁਰੂ ਜੀ ਨੇ ਚਬੂਤਰਾ ਦੇਖਿਆ। ਪਹਿਲਾਂ ਭਾਈ ਰਾਮਾ ਜੀ ਨੇ ਜੋ ਬਣਾਇਆ ਸੀ ਤਾਂ ਭਾਈ ਰਾਮਾ ਜੀ ਨੂੰ ਇਹ ਸੀ ਵੀ ਮੈਂ ਬਹੁਤ ਵਧੀਆ ਬਣਾਇਆ ਆ, ਇੱਦੂ ਵਧੀਆ ਨਹੀਂ ਬਣ ਸਕਦਾ। ਤਾਂ ਗੁਰੂ ਜੀ ਨੇ ਉਹਦੇ ਵਿੱਚ ਵੀ ਕਮੀ ਕੱਢ ਕੇ ਕਿਹਾ ਵੀ ਇਹਦੇ ਵਿੱਚ ਆਹ ਸਾਨੂੰ ਪਸੰਦ ਨਹੀਂ ਆਇਆ। ਤਾਂ ਭਾਈ ਰਾਮਾ ਜੀ ਅੱਕ ਗਏ ਅਤੇ ਖਿਜ ਗਏ। ਉਹਨਾਂ ਨੇ ਕਿਹਾ ਜੀ ਮੈਂ ਇਸ ਤੋਂ ਵਧੀਆ ਹੋਰ ਨਹੀਂ ਬਣਾ ਸਕਦਾ। ਤਾਂ ਫਿਰ ਸੰਗਤ ਜੀ ਗੁਰੂ ਅਮਰਦਾਸ ਜੀ ਭਾਈ ਜੇਠਾ ਜੀ ਦੇ ਚਬੂਤਰੇ ਨੂੰ ਦੇਖਿਆ ਜੋ ਉਹਨਾਂ ਨੇ ਬਣਾਇਆ ਸੀਗਾ ਅਤੇ ਉਹਨਾਂ ਨੇ ਕਿਹਾ ਜੀ ਇਹਦੇ ਵਿੱਚ ਆਹ ਕਮੀ ਆ, ਇਹ ਭਾਈ ਜੇਠਾ ਜੀ ਇਹ ਸਹੀ ਨਹੀਂ ਹੈ। ਤਾਂ ਭਾਈ ਜੇਠਾ ਜੀ ਉੱਠ ਕੇ ਖੜ੍ਹੇ ਹੋ ਕੇ ਹੱਥ ਜੋੜ ਕੇ ਕਹਿੰਦੇ ਹੇ ਪਰਮ ਪੂਜੇ ਗੁਰੂ ਜੀ, ਮੇਰੀ ਬੁੱਧੀ ਛੂਟੀ ਹੈ, ਮੈਂ ਆਪਦੇ ਅਨੁਮਾਨ ਤੋਂ ਅਜੇ ਵੀ ਅਣਜਾਣ ਹਾਂ, ਮੇਰੇ ਉੱਪਰ ਦਇਆ ਕਰੋ ਗੁਰੂ ਜੀ, ਜੋ ਕਿ ਮੈਂ ਇਸ ਚਬੂਤਰੇ ਨੂੰ ਆਪ ਜੀ ਦੀ ਇੱਛਾ ਅਨੁਸਾਰ ਬਣਾ ਸਕਾਂ। ਸੰਗਤ ਜੀ ਗੁਰੂ ਜੀ ਇੰਨੀ ਯਾਨੀ ਕਿ ਬਿਨਵਰਤਾ ਵਾਲੀ ਗੱਲ ਸੁਣ ਕੇ ਬਹੁਤ ਖੁਸ਼ ਹੋਏ ਅਤੇ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਭਾਈ ਜੇਠਾ ਜੀ ਨੂੰ ਇਸ਼ਨਾਨ ਕਰਵਾ ਕੇ ਨਵੇਂ ਕੱਪੜੇ ਪਵਾ ਕੇ ਤਿਆਰ ਕਰਕੇ ਲਿਆਂਦਾ ਜਾਵੇ। ਤਾਂ ਉਹਨਾਂ ਨੂੰ ਇੱਦਾਂ ਤਰ੍ਹਾਂ ਇਸ਼ਨਾਨ ਕਰਾ ਕੇ ਤਿਆਰ ਕਰਵਾ ਕੇ ਬਾਬਾ ਬੁੱਢਾ ਜੀ ਲੈ ਕੇ ਆਏ ਅਤੇ ਸੰਗਤ ਜੀ ਧੰਨ ਧੰਨ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਜੀ ਕੋਲੋਂ ਹੀ ਤਿਲਕ ਲਗਵਾਇਆ ਸੀਗਾ ਆਪਣੇ ਧੰਨ ਧੰਨ ਗੁਰੂ ਰਾਮਦਾਸ ਜੀ ਨੂੰ। ਅਤੇ ਉਸ ਦਿਨ ਹੀ ਸੰਗਤ ਜੀ ਗੁਰੂ ਅਮਰਦਾਸ ਜੀ ਨੇ ਬਚਨ ਕੀਤੇ ਅੱਜ ਤੋਂ ਭਾਈ ਜੇਠਾ ਜੀ ਆਪਣੇ ਅਸਲੀ ਨਾਮ ਨਾਲ ਜਾਣੇ ਜਾਣਗੇ, ਗੁਰੂ ਰਾਮਦਾਸ ਜੀ। ਇਸ ਤਰ੍ਹਾਂ ਸੰਗਤ ਜੀ ਭਾਈ ਜੇਠਾ ਜੀ ਤੋਂ ਗੁਰੂ ਰਾਮਦਾਸ ਜੀ ਅਖਵਾਏ ਜਾਣ ਲੱਗੇ। ਉਹਨਾਂ ਦੀ ਸੇਵਾ ਭਾਵਨਾ ਇੰਨੀ ਸੀ ਸੰਗਤ ਜੀ। ਅਤੇ ਸੰਗਤ ਜੀ ਉਹਨਾਂ ਨੇ ਜਿਹੜੇ ਜਿੱਦਾਂ ਤੁਹਾਨੂੰ ਦੱਸਿਆ ਸ਼ਹਿਰ ਵਸਾਏ ਸੀਗੇ ਜੀ, ਉਹਨਾਂ ਨੇ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ 1574 ਵਿੱਚ ਅਤੇ ਅੰਮ੍ਰਿਤ ਸਰੋਵਰ ਦਰਬਾਰ ਸਾਹਿਬ ਦੀ ਯਾਨੀ ਸਥਾਪਨਾ ਜਿਹੜੀ 1574 ਵਿੱਚ ਕੀਤੀ ਸੀਗੀ ਸੰਗਤ ਜੀ। ਧੰਨ ਧੰਨ ਗੁਰੂ ਰਾਮਦਾਸ ਜੀ ਦੀ ਗੁਰੂ ਰਾਮਦਾਸ ਜੀ ਦੀ ਜੋ ਬਾਣੀ ਦਰਜ ਹੈ ਸੰਗਤ ਜੀ ਉਹ ਹੈ ਜੀ ਸ਼ਬਦ 638 ਵਿੱਚ 30 ਰਾਗ ਬਾਣੀ ਗੌੜੀ ਮਾਝ ਰਾਮਕਲੀ ਅਤੇ ਸੂਹੀ ਆਦਿ। ਅਤੇ ਸੰਗਤ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਜੋਤੀ ਜੋ ਸਮਾਏ ਸਨ ਜੀ 1581 ਵਿੱਚ ਗੋਇੰਦਵਾਲ ਸਾਹਿਬ ਦੀ ਧਰਤ 'ਤੇ ਸੰਗਤ ਜੀ। ਯਾਨੀ ਕਿ ਜੀ ਗੁਰੂ ਧੰਨ ਧੰਨ ਗੁਰੂ ਯਾਨੀ ਰਾਮਦਾਸ ਜੀ ਨੂੰ ਗੁਰਗੱਦੀ ਵੀ ਆਪਣੇ ਗੋਇੰਦਵਾਲ ਸਾਹਿਬ ਵੀ ਮਿਲੀ ਸੀ, ਬਖਸ਼ੀ ਗਈ ਸੀਗੀ ਗੁਰੂ ਅਮਰਦਾਸ ਜੀ ਵੱਲੋਂ। ਅਤੇ ਗੁਰੂ ਜੀ ਜੋਤੀ ਜੋਤ ਵੀ ਗੋਇੰਦਵਾਲ ਸਾਹਿਬ ਹੀ ਸਮਾਏ ਸੀ ਸੰਗਤ ਜੀ। ਇੰਨੀ ਕੁ ਜਾਣਕਾਰੀ ਸੀ ਜੀ ਆਪ ਜੀ ਨਾਲ ਸਾਂਝੀ ਕੀਤੀ। ਜੇ ਕੋਈ ਗਲਤੀ ਹੋਈ ਹੋਵੇ ਤਾਂ
ਤਾਂ ਆਪਣਾ ਬੱਚਾ ਸਮਝ ਕੇ ਮਾਫ਼ ਕਰਿਓ ਜੀ, ਕਿਉਂਕਿ ਇਤਿਹਾਸ ਬਾਰੇ ਆਪਾਂ ਨੂੰ ਇੰਨੀ ਜਾਣਕਾਰੀ ਨਹੀਂ, ਜਿੰਨੀ ਥੋੜ੍ਹਾ ਜਿਹਾ ਪੜ੍ਹਦੇ ਹਾਂ, ਲਿਖਦੇ ਹਾਂ, ਸੁਣਦੇ ਹਾਂ, ਉਹ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ, ਅਨੇਕਾਂ ਕਈ ਵਾਰੀ ਭੁੱਲਾਂ ਹੋ ਜਾਂਦੀਆਂ ਆ। ਬਖਸ਼ਿਓ ਆਪਣਾ ਬੱਚਾ ਸਮਝ ਕੇ। ਸੰਗਤ ਜੀ, ਜਾਣਕਾਰੀ ਇਤਿਹਾਸ ਬਾਰੇ ਕਿਵੇਂ ਲੱਗੀ ਅਤੇ ਦਰਸ਼ਨ ਕਰਕੇ ਕਿੰਨਾ ਕੁ ਆਨੰਦ ਆਇਆ, ਇਹ ਜ਼ਰੂਰ ਕਮੈਂਟਾਂ 'ਚ ਦੱਸਿਓ। ਅਤੇ ਸੰਗਤ ਜੀ, ਕੱਲ੍ਹ ਨੂੰ ਆਪਾਂ ਦਰਸ਼ਨ ਤੁਹਾਨੂੰ ਕਰਵਾਵਾਂਗੇ ਜੀ, ਜਿੰਨਾ ਹੋ ਸਕਿਆ, ਅਤੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਪੰਜਵੀਂ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ, ਅਤੇ ਛੇਵੀਂ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਸੰਗਤ ਜੀ, ਅੱਜ ਦੀ ਵੀਡੀਓ 'ਚ ਇੰਨਾ ਹੀ ਜੀ, ਦਿਓ ਜੀ ਇਜਾਜ਼ਤ ਫੇ ਸਾਰੀ ਸੰਗਤ ਨੂੰ ਜੀ, ਰੌੜਕੀ ਵਾਲੇ ਵੱਲੋਂ ਅਤੇ ਰੌੜਕੀ ਵਾਲੇ ਦੇ ਘੋੜੇ ਵੱਲੋਂ ਜੀ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।